ਵਾਲੇਕੁਮ ਸਲਾਮ। ਦੇਖੋ ਜੀ ਮੈਂ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਉੱਥੇ ਮੈਂ ਹੀਰ ਦਾ ਰੋਲ ਕਰ ਰਹੀ ਸੀ ਤੇ ਇੱਕ ਬੰਦਾ ਰਾਂਝੇ ਦਾ ਰੋਲ ਕਰ ਰਿਹਾ ਸੀ। ਮੇਰਾ ਰਾਂਝਾ ਦੌੜ ਗਿਆ, ਤੇਰੀ ਬੜੀ ਮਿਹਰਬਾਨੀ, ਮੇਰਾ ਰਾਂਝਾ ਲੱਭ ਦੇ। ਕਿਦਾਂ ਦਾ ਰਾਂਝਾ ਤੇਰਾ? ਬਿਲਕੁਲ ਤੇਰੇ ਵਰਗਾ। ਮੈਂ ਰਾਂਝਾ ਨਹੀਂ ਤੇ ਨਾ ਮੇਰੇ ਕੋਲ ਟਾਈਮ ਨਿਕਲ, ਮੈਂ ਰਾਂਝਾ ਲੱਭਾਂ। ਤੇਰੇ ਕੋਲ ਕਿਉਂ ਟਾਈਮ ਨਹੀਂ ਹੈਗਾ? ਬਹੁਤੀਆਂ ਗੱਲਾਂ ਨਾ ਕਰ, ਮੇਰਾ ਰਾਂਝਾ ਲੱਭ ਦੇ। ਤੂੰ ਲੱਭ ਸਕਦਾ ਤੇ? ਮੈਂ ਨਹੀਂ ਲੱਭ ਸਕਦਾ। ਮੈਂ ਤੇਰੇ ਕੇ ਹੱਥ ਜੋੜੇ ਰਾਂਝਾ ਲੱਭ ਦੇ, ਉਹ ਸੁੱਤੀ ਭੈਣ ਨੂੰ ਵੇਖ ਕੇ ਖੁਸ਼ ਹੋਣਾ ਰਿਹਾ। ਮੈਂ ਵੇਖ ਮੈਂ ਤੇਰੇ ਕੇ ਹੱਥ ਜੋੜਨੀ ਹੈ, ਮੇਰਾ ਰਾਂਝਾ ਲੱਭ ਦੇ। ਸਕੇ ਮਾਂ ਪਿਓ ਦੇ ਕਮਰੇ ਚ ਝਾਤੀ ਮਾਰ ਕੇ ਨਵੀਂ ਤਾਸ਼ ਬਣਾਉਣਾ ਰਿਹਾ। ਮੇਰਾ ਰਾਂਝਾ ਲੱਭ ਦੇ, ਤੈਨੂੰ ਕੀ ਹੋ ਗਿਆ? ਬਾਜੀ ਦਾ ਰੁਕਾ ਦੇ ਕੇ ਮੁਲਤਾਨ ਵਾਲਿਆਂ ਕੋਲੋਂ ਪੈਸੀ ਪੀਣ ਵਾਲੇ ਆ। ਮੇਰਾ ਰਾਂਝਾ ਲੱਭ ਦੇ, ਟੋਪੀ ਵਾਲੇ ਦੀ ਝੋਲੀ ਚ ਬਹਿ ਕੇ ਗੰਨੇ ਦਾ ਸਵਾਦ ਲੈਣ ਵਾਲੇ ਆ। ਚੱਲ ਵੇ ਚੇ ਨਾਲ ਚੌਧਰੀ, ਚੇ ਨਾਲ ਚੰਗੜ ਤੇ ਚੇ ਨਾਲ ਜਿਸ ਤਰ੍ਹਾਂ ਦੇ ਤੇਰੇ ਟੈਂਪੋ, ਤੂੰ ਵੀ ਮੇਰੇ ਪਿੰਡ ਦਾ ਹੀ ਹੈ। ਕਿਹੜਾ ਪਿੰਡ? ਮੱਖੂਵਾੜਾ। ਮੱਖੂਵਾੜਾ ਕਿੱਥੇ? ਠੋਕੂਵਾੜਾ ਦੇ ਕੋਲ। ਠੋਕੂਵਾੜਾ ਕਿੱਥੇ? ਇਹਨੇ ਪਠਾਣੇ ਸਾਦੀ ਤੇ ਰੋਈ ਜਾਂਦਾ, ਕਿਉਂ ਰੋ ਰਹੀਆਂ ਪਠਾਣੇ? ਕਹਿੰਦੀ ਪਠਾਣੇ ਦੁੱਖ ਨੀ, ਥੁੱਕ ਨਾ ਸਵਾਰ ਲੈ ਲੈਂਦੇ। ਸਬਜ਼ੀ ਵਾਲੀ ਦੁਕਾਨ ਤੇ ਗਏ ਤੇ ਦੋ ਖੀਰੇ ਲਿਆ ਕੇ ਆਪਣੀ ਬੁੱਢੀ ਨੂੰ ਦਿੱਤੇ। ਇਹਦੀ ਬੁੱਢੀ ਅੱਗੋਂ ਕਹਿੰਦੀ, ਹਾਂ ਤੁਸੀਂ ਕਿਤੇ ਚੱਲੇ ਹੋ? ਏਦਾਂ ਦੀ ਉਹਨੇ ਦਰਦੀ ਨੂੰ ਨਾਪ ਦੇ ਲਿਆ। ਦਰਦੀ ਪੁੱਛਣਾ, ਬੀਬੀ ਸਲਵਾਰ ਕਿੱਥੇ ਪਾਉਂਦੇ ਹੋ? ਕਹਿੰਦੇ ਜਿੱਤੇ ਛਾਪਾ ਪੈ ਵਾਂਗੇ। ਕੀ ਚਾਹੁੰਦੀ ਆ? ਕੀ ਹੋ ਗਿਆ? ਮੇਰਾ ਰਾਜਾ ਲੱਭਦੇ ਸਾਰਾ ਦਿਨ ਰਕਸ਼ਾ ਬੰਦਾ ਰਿਹਾ, ਸਾਰਾ ਦਿਨ ਰਕਸ਼ਾ ਚਲਾਉਂਦਾ ਰਿਹਾ। 1700 ਵੱਟ ਕੇ ਰਾਤ ਨੂੰ ਜਾ ਕੇ ਜਨਾਨੀ ਨੂੰ 700 ਰੁਪਈਆ ਦਿੱਤਾ। ਇਹਦੀ ਬੁੱਢੀ ਅੱਗੋਂ ਕਹਿੰਦੀ, ਕਹਿੰਦੇ ਸਾਰਾ ਦਿਨ ਰਕਸ਼ਾ ਚਲਾਇਆ ਸੀ ਨਾ 700 ਰੁਪਏ? ਕਹਿੰਦੇ ਨਹੀਂ, ਸਾਨੂੰ ਵੱਟਿਆ 1700-1800 ਰੁਪਏ ਦਾ ਤੇਲ ਲੱਗ ਗਿਆ। ਇਹਦੀ ਜਨਾਨੀ ਦੇ ਅੱਗੋਂ 3000 ਕੱਢ ਕੇ ਦੇ ਮੂੰਹ ਤੇ ਮਾਰੇ। ਕਹਿੰਦੀ, ਕੁੱਤੇ ਦੇ ਪੁੱਤਰ ਤੜੇ ਦਾ ਤੇਲ ਨਹੀਂ ਉਹ ਲੱਗਣ ਦਿੱਤਾ। ਏਦਾਂ ਦੀ ਉਹਨਾਂ ਨੇ ਜ਼ਿਆਦਤੀ ਹੋਣਾ, ਜ਼ਿਆਦਤ ਬਾਅਦ ਪੁੱਛੇ ਮੰਨਾ ਜੀ, ਆਪਕੇ ਸਾਥ ਜ਼ਿਆਦਤੀ ਹੋਈ, ਕੈਸਾ ਮਹਿਸੂਸ ਕਰ ਰਹੀ ਹੈ? ਬਰਬਾਦ ਤੇ ਠੀਕ ਹੈ, ਬੋਲਾ ਚਸ ਬਹੁ ਆਈ ਹੈ। ਹਾਜੀ ਲੈ ਜਾਂਦਾ ਪਿਛਲੇ ਕਮਰੇ ਚ, ਉੱਥੇ ਜਾ ਕੇ ਰੋਂਦੀ, ਹਾਜੀ ਤੈਨੂੰ ਕਬੋਟੀ ਪਾ, ਸ਼ੋਰਾ ਤੰਗ ਪਾ। ਮੁਰਲੀ ਵਜਾਉਂਦਾ ਵਜਾਉਂਦਾ ਜਮੋਰੀ ਚ ਡਿੱਗ ਪਿਆ, ਤੈਨੂੰ ਕੌਣ ਲੱਭੇਗਾ?